ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋ ਤਾਰੀਖ ਤੋਂ ਤੁਹਾਡੇ ਨਾਲ ਕਿ ਮੈਂ ਗੁੱਡ ਨਿਊਜ਼ ਸ਼ੇਅਰ ਕਰਨਾ ਆ। ਇਹ ਗੁੱਡ ਨਿਊਜ਼ ਉਹਨਾਂ ਕੈਂਡੀਡੇਟਸ ਲਈ ਹੈਗੇ ਆ ਜਿਨ੍ਹਾਂ ਨੇ ਆਪਣੇ ਓਪਨ ਪਰਮਿਟ ਦੀ ਫਾਈਲ ਅੰਬੈਸੀ ਸਬਮਿਟ ਕੀਤੀ ਹੋਈ ਆ। ਪਿਛਲੇ ਕਾਫੀ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀਗੇ ਕਿਉਂਕਿ ਜਿਹੜਾ ਓਪਨ ਪਰਮਿਟ ਦੀ ਐਪਲੀਕੇਸ਼ਨ ਸੀਗੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਟਿਲ ਪਈਆਂ ਸੀਗੀਆਂ, ਕੋਈ ਪ੍ਰੋਸੈਸ ਨਹੀਂ ਚੱਲ ਰਿਹਾ ਸੀ ਐਪਲੀਕੇਸ਼ਨਸ 'ਤੇ। ਠੀਕ ਹੈ, ਅੱਜ ਮੈਂ ਤੁਹਾਡੇ ਨਾਲ ਇੱਕ ਹੈਗੀ ਸਕਸੈਸ ਸਟੋਰੀ ਸ਼ੇਅਰ ਕਰਨਾ ਆ। ਇਹ ਸਕਸੈਸ ਸਟੋਰੀ ਹੈਗੀ ਓਪਨ ਪਰਮਿਟ ਦੀ। ਇਹ ਸਰ ਮੇਰੇ ਕੋਲ ਕੱਲ੍ਹ ਪੀ ਪੀ ਆਰ ਸੀ ਹੋਈ ਸੀ ਕੈਂਡੀਡੇਟ ਦੀ। ਇਹਨਾਂ ਦੀ ਫਾਈਨਲ ਸੀ ਦਸੰਬਰ 2020 ਦੇ ਵਿੱਚ ਲਗਾਈ ਸੀਗੀ, ਅਤੇ ਮੰਨ ਲਓ ਚਲੋ ਇੱਕ ਸਾਲ ਅਤੇ ਇੱਕ ਮਹੀਨੇ ਤੋਂ ਬਾਅਦ ਬੱਚੇ ਦੀ ਜਿਹੜੀ ਹੈਗਾ ਪੀ ਪੀ ਆਰ ਆਈ ਹੈਗੀ ਆ। ਬਹੁਤ ਲੰਬੇ ਸਮਾਂ ਵੇਟ ਕਰਨ ਤੋਂ ਬਾਅਦ ਬੱਚੇ ਦੀ ਹੈਗੀ ਸਫਲਤਾ ਲੱਗੀ ਹੈਗੀ ਆ। ਦੋ ਤਰ੍ਹਾਂ ਤੁਹਾਨੂੰ ਭਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਆ। ਓਪਨ ਵਰਤ ਮਾਡ ਜਿਹੜੇ ਐਪਲੀਕੇਸ਼ਨ ਜਿਹੜੇ ਹੈਗੇ ਪ੍ਰੋਸੈਸ ਵਿੱਚ ਪਾ ਦਿੱਤੀਆਂ ਗਈਆਂ ਨੇ। ਬਹੁਤ ਜਲਦ ਤੁਹਾਡੇ ਵੀ ਐਪਲੀਕੇਸ਼ਨ ਰਿਜ਼ਲਟ ਆਉਣਗੇ ਜੇਕਰ ਤੁਸੀਂ ਆਪਣੀ ਫਾਈਲ ਲਗਾ ਚੁੱਕੇ ਹੋ ਇਮੀਗ੍ਰੇਸ਼ਨ ਦੇ ਵਿੱਚ, ਤਾਂ ਤੁਹਾਡੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲਣਗੇ। ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਟੂਡੈਂਟਸ 'ਚ ਡਰ ਸੀਗਾ ਕਿਉਂਕਿ ਇਮੀਗ੍ਰੇਸ਼ਨ ਹੈਗਾ ਇੰਟਰਵਿਊ ਬੁਲਾ ਰਿਹਾ ਸੀਗਾ ਓਪਨ ਵਰਤ ਮਾਡ ਵਾਲੇ ਕੈਂਡੀਡੇਟਸ ਦੀਆਂ। ਠੀਕ ਹੈ, ਬਟ ਉਹ ਚੀਜ਼ ਤੋਂ ਆਪਾਂ ਕਵਰਅਪ ਕਰਕੇ ਜਿਹੜੀ ਹੈਗੀ ਇਸ ਬੱਚੇ ਦੀ ਕੋਈ ਇੰਟਰਵਿਊ ਵਗੈਰਾ ਨਹੀਂ ਆਈ ਹੈਗੀ ਆ, ਅਤੇ ਪ੍ਰੋਪਰ ਡਾਕੂਮੈਂਟਸ ਨਾਲ ਲਗਾ ਕੇ ਐਪਲੀਕੇਸ਼ਨ ਸਬਮਿਟ ਕੀਤੀ ਗਈ ਸੀ ਇਮੀਗ੍ਰੇਸ਼ਨ ਦੇ ਵਿੱਚ ਵਿਦਆਊਟ ਇੰਟਰਵਿਊ ਬੱਚੇ ਦੇ ਪੀ ਪੀ ਆਰ ਆ ਚੁੱਕੀ ਹੈਗੀ ਆ। ਠੀਕ ਹੈ, ਤਕਰੀਬਨ ਇੱਕ ਸਾਲ ਅਤੇ ਇੱਕ ਮਹੀਨੇ ਦਾ ਟਾਈਮ ਲੱਗਿਆ ਇਸ ਐਪਲੀਕੇਸ਼ਨ 'ਤੇ। ਠੀਕ ਹੈ, ਬਟ ਜਿਹੜਾ ਹੈਗਾ ਬੱਚੇ ਦਾ ਵੀਜ਼ਾ ਪੋਜ਼ਿਟਿਵ ਹੈਗਾ ਨਿਕਲਿਆ ਹੈਗਾ, ਪੋਜ਼ਿਟਿਵ ਰਿਸਪੋਂਸ ਆਇਆ ਇਮੀਗ੍ਰੇਸ਼ਨ ਦਾ। ਠੀਕ ਹੈ, ਬਹੁਤ ਹੀ ਜਲਦ ਬੱਚਾ ਉੱਥੇ ਆਏਗਾ, ਆਪਣੀ ਵਾਈਫ ਨੂੰ ਕੋਲੇ ਚਲਾਈ ਜਾਵੇਗਾ ਕੈਨੇਡਾ ਦੇ ਵਿੱਚ। ਦੋਸਤੋ, ਜੇ ਤੁਸੀਂ ਆਪਣੀ ਆਪਣੀ ਓਪਨ ਵਰਕ ਪਰਮਿਟ ਦੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰੋ, ਆਪਣੇ ਵਧੀਆ ਤਰੀਕੇ ਨਾਲ ਫਾਈਲ ਸਬਮਿਟ ਕਰਾਓ ਇਮੀਗ੍ਰੇਸ਼ਨ ਦੇ ਵਿੱਚ, ਤਾਂ ਕਿ ਵੀਜ਼ਾ ਉਸ ਨੂੰ ਕੋਈ ਤੁਹਾਡੀ ਮੈਰਿਜ ਅਤੇ ਤੁਹਾਡੇ ਰਿਲੇਸ਼ਨ 'ਤੇ ਕੋਈ ਡਾਊਟ ਨਾ ਹੋਵੇ, ਤਾਂ ਕਿ ਤੁਹਾਡਾ ਵੀਜ਼ਾ ਹੈਗਾ ਈਜ਼ੀਲੀ ਤੁਹਾਨੂੰ ਪ੍ਰਾਪਤ ਹੋ ਸਕੇ। ਧੰਨਵਾਦ ਜੀ।